उसे सुन रहे हो चावला न्यूज नेटवर्क टोरंटो CNN टोरंटो। मेरे नाम सरदार जसवीर सिंह पट्टी हाजर ने। पट्टी साहब वेलकम, गुड मॉर्निंग। हुण सरकारां बोलन लग पई ने, सरकारां दे चुने हुए नुमाइंदे बोलन लग पए ने, भी की कहना चाहो? ਚਾਵਲਾ ਸਾਹਿਬ ਕਹਿਣ ਨੂੰ ਕੁਛ ਹੈ ਹੀ ਨਹੀਂ, ਕਹੀਏ ਕੀ ਇੱਥੇ ਆਮਦਨੀ ਆਣੀ ਵਿਗੜੀ ਪਈ। ਕੱਲੇ ਤੁਸੀਂ ਇਹਦੀ ਗੱਲ ਕਰਦੇ, ਮੈਂ ਨਾ ਸੁਮੇਰ ਸਿੰਘ ਸੈਣੀ ਬਚਾਉਣਾ, ਆਪਾਂ ਮਜੀਠੀਆ ਨੇ ਜਵਾਈ ਨੂੰ ਬਚਾਉਣਾ, ਆਪਾਂ ਸਾਰੇ ਬਚਾਉਣੇ, ਆਪਾਂ ਲੋਕਾਂ ਦੀ ਅੱਖਾਂ ਚ ਧੂਲ ਝੋਕਣੀ ਹੈ। ਕੱਲ ਕੀ ਹੋਇਆ, ਇਸੇ ਗੱਲ ਨੇ ਪ੍ਰਗਟ ਸਿੰਘ ਨੇ ਤੇ ਅੱਜ ਇੰਨੀ ਗੱਲ ਕਹੀ, ਉਹ ਡੋਜ਼ੀਓ ਸਾਹਮਣੇ ਲਿਆਓ ਜਿਹੜਾ ਤੁਸੀਂ ਪੇਸ਼ ਕੀਤਾ ਹਾਈਕੋਰਟ ਦੇ ਵਿੱਚ, ਪਤਾ ਲੱਗੇ ਤੁਸੀਂ ਕੀ ਲਿਖਿਆ। ਕਿਉਂ ਨੀ ਤੁਸੀਂ ਦੱਸਦੇ ਲੋਕਾਂ ਨੂੰ ਸਹੀ ਗੱਲ, ਤੁਸੀਂ ਉਮਰਾਂ ਨਗਰ ਨੂੰ ਕਿਉਂ ਬਚਾ ਰਹੇ ਹੋ? ਕਿਉਂਕਿ ਉਮਰਾਂ ਨਗਰ ਦੇ ਦਾਦੇ ਨਾਲ ਕੈਪਟਨ ਸਾਹਿਬ ਦੀ ਪੁਰਾਣੀ ਸਾਂਝ ਸੀ। ਅਗਲੀ ਗੱਲ ਆਪਾਂ ਨੀ ਕਰਦੇ, ਜੀਠੇ ਹਲਕੇ ਦੇ ਸੁਖਜਿੰਦਰ ਰਾਜ ਸਿੰਘ ਲਾਲੀ ਤੁਹਾਡਾ ਖਾਸਮ ਖਾਸ ਰਿਹਾ, ਅੱਜ ਉਹ ਹਾਲ ਸੀ ਜੇ ਤੁਸੀਂ ਕਹਿੰਦੇ ਹਾਲ ਨੀ ਪੁੱਛਿਆ ਉਹਦਾ ਬੰਦੇ ਦਾ, ਕਹਿੰਦੇ ਜੀ ਮੈਨੂੰ ਤੇ ਪਤਾ ਲੱਗਾ ਉਹਦੀ ਸਿਹਤ ਠੀਕ ਨੀ, ਕਹਿੰਦੇ ਹੱਥ ਪੁੱਛ ਲਓ। ਉਹ ਬਿਲਕੁਲ ਠੀਕ ਠਾਕ ਹੈ ਜੀ, ਉਹਨੇ ਕਿਹਾ ਜੀ ਬਿਲਕੁਲ ਠੀਕ ਠਾਕ ਹੈ, ਤੰਦਰੁਸਤ ਹੈ, ਕੋਈ ਗੱਲ ਨੀ ਇਹੋ ਜਿਹੀ ਹੈਗੀ, ਤੁਸੀਂ ਦਿੱਤਾ ਉਹਨੂੰ ਕੀ ਹੁਣ ਤੱਕ? ਕੁਛ ਵੀ ਨੀ। ਉਸੇ ਵੇਲੇ ਗੱਲ ਕੀਤੀ ਚੀਫ ਸੈਕਟਰੀ ਨੂੰ, ਵੇਖੋ ਜੀ ਚੇਅਰਮੈਨ ਦੀ ਕਿਹੜੀ ਖਾਲੀ ਹੈਗੀ। ਉਹ ਕਹਿੰਦਾ ਨਹੀਂ, ਉਦੋਂ ਪਹਿਲਾਂ ਮੇਰੀ ਗੱਲ ਸੁਣ ਲਓ, ਕਿਉਂਕਿ ਉਹਦਾ ਕੋਆਪਰੇਟ ਦੇ ਮਹਿਕਮੇ ਵਿੱਚ ਬੜਾ ਤਜਰਬਾ ਹੈਗਾ, ਉਹਨੂੰ ਕੋਆਪਰੇਟ ਬੈਂਕ ਦੀ ਚੇਅਰਮੈਨ ਜੋ ਦੇਣੀ ਹੈ, ਜੇ ਕੁਛ ਉਹਦੇ ਕੋਲ ਪ੍ਰੋਗਰੈਸ ਚਾਹੁੰਦੇ ਹੋ ਤੁਸੀਂ, ਪਤਾ ਕੀਤਾ ਕਹਿੰਦੇ ਪਹਿਲਾਂ ਮੱਲੀ ਹੈ, ਉਹਨੂੰ ਚੇਅਰਮੈਨ ਨੇ ਇੱਕ ਹੋਰ ਦੇ ਦਿੱਤੀ, ਵੀ ਇਹ ਚੇਅਰਮੈਨ ਦੇ ਦਿੱਤੀ ਉਹਨੂੰ। ਤੇ ਬਲਜੀਤ ਸਿੰਘ ਨੇ ਇੰਨੀ ਗੱਲ ਕਹੀ ਵੀ ਇਕੱਲੀ ਚੇਅਰਮੈਨ ਹੀ ਨੇ, ਨਾਲ ਕਾਲੇ ਕੱਪੜੇ ਵਾਲੇ ਨਾਲ ਚਾਰ ਤੋੜਦੇ ਉਹਦੇ। ਹੁਣ ਗੱਡੀ ਵੀ ਮਿਲ ਗਈ, ਕਾਲੇ ਕੱਪੜਿਆਂ ਮਿਲ ਗਏ, ਚੇਅਰਮੈਨ ਵੀ ਮਿਲ ਗਈ, ਲੇਕਿਨ ਜਿਹੜੀ ਗੱਲ ਓਜਲੇ ਨੇ ਗੱਲ ਕਹੀ ਵੀ ਆਪਣੇ ਤੇ ਦੋਸ਼ ਲੱਗਦਾ, ਆਪਾਂ ਬਾਦਲਾਂ ਦਾ ਰਲੇ ਆ, ਮਜੀਠੀਆਂ ਦਾ ਰਲੇ ਆ, ਮਜੀਠੀਆਂ ਤੁਸੀਂ ਛੱਡਿਆ, ਖੁੱਲਾ ਛੱਡਿਆ, ਉੱਤੇ ਕੋਈ ਕਾਰਵਾਈ ਨੀ ਕੀਤੀ, ਲੋਕਾਂ ਦੀ ਚਰਚਾ ਹੈਗੀ ਆ। ਅੱਗੋਂ ਕੈਪਟਨ ਸਾਹਿਬ ਬੜੇ ਤਰੀਕੇ ਨੇ, ਗੁਰਜੀਤ ਇਹੋ ਜਿਹੀ ਕੋਈ ਗੱਲ ਨੀ ਹੈਗੀ, ਨਾ ਨਾ ਇਹੋ ਜਿਹੀ ਗੱਲ ਹੋ ਸਕਦੀ, ਕਹਿੰਦੀ ਨੀ ਹੈਗੀ। ਇਹ ਵੀ ਗੱਲ ਉਹਨੇ ਕਹੀ ਜੀ ਹਾਲਾਤ ਇਹ ਗੱਲ ਕਹਿੰਦੇ ਆ ਕਿ ਜੇ ਆਪਾਂ ਜਿਹੜੇ ਬੇਅਦਬੀ ਦੇ ਕਾਂਡ ਦੀ ਕੋਈ ਕਾਰਵਾਈ ਨਾ ਕਰ ਸਕੇ ਤੇ ਆਪਣੇ ਹਾਲਾਤ ਹੋਰ ਖਰਾਬ ਹੋਣਗੇ, ਆਪਾਂ ਨੂੰ ਵੋਟਾਂ ਨਹੀਂ ਜੇ ਪੈਣੀਆਂ। ਅੱਗੋਂ ਕੈਪਟਨ ਸਾਹਿਬ ਕੀ ਕਹਿੰਦੇ ਆ, ਕਹਿੰਦੇ ਵੇਖੋ ਜਿਹੜੀ ਪਹਿਲੀ ਸਿੱਟ ਬਣੀ ਸੀ, ਨਾ ਕਦੀ ਮੈਂ ਉਹਦੇ ਚ ਦਖਲਦਾਜ਼ੀ ਕੀਤੀ ਆ, ਨਾ ਜਿਹੜੀ ਹੁਣ ਸਿੱਟ ਬਣੀ ਕਦੀ ਉਹਦੇ ਦਖਲਦਾਜ਼ੀ ਕਰੀ, ਉਹਨੂੰ ਕਿਹਾ ਇੰਡੀਪੈਂਡੈਂਟ ਕੰਮ ਕਰੋ ਤੇ ਇਨਸਾਫ ਕਰੋ। ਬਿਲਕੁਲ ਬਿਲਕੁਲ ਹਾਂਜੀ, ਚੰਗੀ ਗੱਲ ਨਹੀਂ? ਤੁਹਾਨੂੰ ਨੀ ਲੱਗਦਾ ਕਿ ਇਹ ਉਸੇ ਤਰ੍ਹਾਂ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਪੰਜਾਬੀਆਂ ਨੂੰ, ਖਾਸ ਤੌਰ ਤੇ ਪੰਥਕ ਧਿਰਾਂ ਨੂੰ, ਕਿ ਜਿਵੇਂ ਪੰਥ ਰਤਨ ਫਕਰੇ ਕੌਮ, ਪਦਮ ਭੂਸ਼ਣ ਕਿਸਾਨਾਂ ਦੇ ਮਸੀਹਾ, ਸਾਬਕਾ ਸੀਨੀਅਰ ਪੰਜਾਬ ਦੇ ਸੁਪਰ ਡੁੱਪਰ ਤੁਸੀਂ ਕਹਿ ਲਓ ਅਕਾਲੀ ਦਲ ਦੇ ਸੁਪਰੀਮੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀ, ਗੁਰੂ ਸਾਹਿਬ ਦੀ ਹਜ਼ੂਰੀ 'ਚ ਵੀ ਖੜ੍ਹ ਕੇ ਕਹਿੰਦੇ ਰਹੇ ਨੇ, ਅਤੇ ਉਹ ਉਹਨਾਂ ਦੇ ਬੱਚੇ ਬੱਚੀ ਚਾਹੇ ਬੱਚੀ ਆ ਰਹੇ ਅਤੇ ਚਾਹੇ ਬੱਚਾ ਆ ਜਾਏ ਅਕਾਲ ਤਖ਼ਤ ਸਾਹਿਬ 'ਤੇ, ਉਹਨਾਂ ਦਾ ਪੈਰ ਨਹੀਂ ਚੱਕ ਸਕਦੇ ਹੁਕਮ ਤੋਂ ਬਗੈਰ, ਗੋਲਕਾਂ ਦੀ ਗਿਣਤੀ ਨਹੀਂ ਹੋ ਸਕਦੀ ਹੁਕਮ ਤੋਂ ਬਗੈਰ, ਕਿਸੇ ਦੀ ਬਦਲੀ ਨਹੀਂ ਹੋ ਸਕਦੀ ਹੁਕਮ ਤੋਂ ਬਗੈਰ, ਕੋਈ ਬਿਆਨ ਨਹੀਂ ਦੇ ਸਕਦਾ ਹੁਕਮ ਤੋਂ ਬਗੈਰ। ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਦੇ ਆ ਇਹ ਜਿਹੜਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਰਿਹਾ ਕਿ ਉਸੇ ਤਰ ਦੇ ਉੱਤੇ ਕਿ ਅਸੀਂ ਦਖਲ ਅੰਦਾਜ਼ੀ ਨਹੀਂ ਕੀਤੀ ਸਿੱਟ ਦੇ ਵਿੱਚ, ਨਾ ਪਹਿਲੀ ਸਿੱਟ 'ਚ ਨਾ ਇਸ ਪਿੰਡ 'ਚ? ਵੈਸੇ ਔਜਲਾ ਸਾਹਿਬ ਵਧਾਈ ਦੇ ਪਾਤਰ ਨੇ ਕਿ ਕੈਪਟਨ ਸਾਹਿਬ ਦੇ ਮੂੰਹ 'ਤੇ ਗੱਲਾਂ ਕਹਿ ਕੇ ਆਏ ਨੇ, ਅਤੇ ਫਿਰ ਇੱਕ ਕਿਸਮ ਦਾ ਨਿਸਲ ਕਰਕੇ ਆਏ ਹੋਏ ਨਾ ਵੀ ਆਹ ਲਓ ਫੜੋ ਲੋਕਾਂ ਦਾ, ਜਿੰਨਾ ਮਜੀਠੇ ਹਲਕੇ ਚ ਹੈਵੀ ਹੋਇਆ ਪਿਆ ਸੀ ਤੇ ਜਾਂਦੇ ਨੀ ਸੀ, ਲੱਗ ਕੇ ਜੜਾ ਛੱਡਦਾ ਸੀ ਲੋਕਾਂ ਨੇ, ਵੀ ਜਦੋਂ ਸਾਡੀ ਸੁਣਵਾਈ ਨੀ ਕਿਸੇ ਨੇ ਕਰਨੀ, ਕਿਸੇ ਅਧਿਕਾਰੀ ਨੇ ਕਰਨੀ, ਜਾ ਕੇ ਕਰਨਾ ਸੀ ਕੀ? ਇਹ ਕੈਪਟਨ ਸਾਹਿਬ ਦੀ ਨਲਾਇਕੀ ਸੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣ,
एसएचओ नूं कोई काम कहना होवे कह देण इन्हां नूं कहो ना तुसीं आई जी नाल गल करने बिलकुल नहीं आई जी साडी सुननी नहीं ते जदों कादियां सरकार सी मजीठिया कहिंदा कराओ भाई आई जी नाल गल की कहिंदा है इदां गल करदा सी जेड़े दो लफ्ज डीसी ते एसएसपी वास्ते मजीठिया ने वरते सी उस टाइम दे ते जिहड़े कि पुलिस अधिकारी ने दस्से मैनूं जे वो वरते सी ते उन्हां सुन ली सी मैं सुकिया उन्हां अधिकारियों की जिम्मी बनी पई सी एक आई एस ते काई च की बगाड़ लैंदा मजीठिया छड़किया चले जी असीं गल ना ढड़ी नहीं इत्थे आए लेकिन मजबूरियां ऐसी भी रल मिल के छकड़ा छकौड़ा होंदा बस हमाम च नंगे माल च नंगे हाँ ज्ञानी मान सिंह वालों इस्तीफा जरा दो लीर लियाओ जी मैं साबित करूं तुसी किन्नू किन्नू बचा रहे तुसी किवें कर रहे हो इस करके कैप्टन अमरिंदर सिंह की जिहड़ी चार्ज फिर घिरे पए ने उन्हां कोले किसे गल दा कोई जवाब नहीं लेकिन कल जिहड़े तीन एमपी रवनीत सिंह बिट्टू जसवीर सिंह डिंपा ਤੇ ਨਾਲ ਉਹਨਾਂ ਸਰ ਮਿਲੇ ਨੇ ਉਹਨਾਂ ਨੇ ਜੋ ਗੱਲ ਕੀਤੀ ਹੈ ਤੇ ਇੱਕ ਸੁਰਿੰਦਰ ਰਾਜ ਸਿੰਘ ਲਾਲੀ ਜੀ ਥੋੜ੍ਹੀ ਜਿਹੀ ਸੁਣਵਾਈ ਹੋ ਗਈ ਆ ਵੀ ਚੇਅਰਮੈਨ ਹੀ ਮਿਲ ਗਈ ਆ ਨਾਲ ਗਨ ਮੈਨ ਮਿਲ ਗਏ ਨਾਲ ਗੱਡੀ ਮਿਲ ਗਈ ਚਲੋ ਚਾਰ ਦਿਨ ਨਾਕੇ 'ਚ ਘੁੰਮਣਗੇ ਇਸ ਤੋਂ ਵੱਧ ਕੁਛ ਨਹੀਂ ਤੁਸੀਂ ਇਹ ਦੇਖੋ ਕਿ ਸੁਖਜਿੰਦਰ ਲਾਲੀ ਹੁਣਾਂ ਦਾ ਕਿੰਨੀ ਟੱਕਰ ਸੀ ਪਿਛਲੀ ਵਾਰੀ ਹਾਂਜੀ ਮਜੀਠੇ ਦੇ ਨਾਲ ਐਨ ਪੂਰੀ ਬਿਲਕੁਲ ਬਿਲਕੁਲ ਟੱਕਰ ਪੂਰੀ ਟੱਕਰ ਸੀ ਘਰ ਘਰ ਦੇ ਵਿੱਚ ਚਿੱਟਾ ਹਾਂਜੀ ਇਹੋ ਜਿਹੇ ਕੁਛ ਸਲੋਗਨ ਲੱਗੇ ਸੀਗੇ ਘਰ ਘਰ ਦੇ ਵਿੱਚ ਮਤਲਬ ਮਜੀਠੀਆ ਹਲਕੇ ਦੇ ਵਿੱਚ ਬਈ ਐਰਕੀ ਲਾਲੀ ਐਰਕੀ ਲਾਲੀ ਐਰਕੀ ਲਾਲੀ ਪਰ ਲਾਲੀ ਮਜੀਠੀਆ ਹਰਿਆ ਜਾਂ ਹਰਾਇਆ ਗਿਆ ਉਹ ਤਾਂ ਤੁਹਾਨੂੰ ਪਤਾ ਰਾਜਨੀਤੀ ਹੈ ਪਰ ਉਸ ਬੰਦੇ ਦੀ ਚਲੋ ਮੈਂ ਕੋਈ ਸਿਫਤ ਕਿਸੇ ਦੀ ਕਰਦਾ ਨਹੀਂ ਹੁੰਦਾ ਪਰ ਮੈਂ ਉਹਦੀ ਹਿਸਟਰੀ ਵੇਖਾਂ ਅਤੇ ਆ ਜਿਵੇਂ ਹੁਣ ਖਹਿਰਾ ਸਾਹਿਬ ਛੜੱਪੇ ਮਾਰ ਮਾਰ ਕੇ ਚੱਕਵੇਂ ਚੁੱਲ੍ਹੇ ਬਣੇ ਨੇ ਹਾਂਜੀ ਹੋਰ ਕਾਂਗਰਸੀ ਅਤੇ ਅਕਾਲੀ ਚੱਕਵੇਂ ਚੁੱਲ੍ਹੇ ਬਣੇ ਨੇ ਪਰ ਉਹ ਰਿਹਾ ਤਾਂ ਕਾਂਗਰਸ ਦੇ ਵਿੱਚ ਹੀ ਹੈ ਨਾ ਬਿਲਕੁਲ ਜੀ ਆਮ ਆਦਮੀ ਪਾਰਟੀ ਦਾ ਕਿੰਨਾ ਉਭਾਰ ਤਾਂ ਨੂੰ ਗਿਆ ਤੇ ਉਹ ਆਪਣੇ ਹਲਕੇ ਵਿੱਚ ਕੁਛ ਨਾ ਕੁਛ ਤੇ ਆਧਾਰ ਰੱਖਦਾ ਹੈ ਨਾ ਬਿਲਕੁਲ ਜੀ ਬਿਲਕੁਲ ਇੱਥੋਂ ਤੱਕ ਜੀ ਜਦੋਂ ਇਹ ਕਹਿੰਦੇ ਸੀ ਵੀ ਝੰਡੀ ਅਕਾਲੀ ਦੀ ਤੇ ਵੋਟ ਲਾਲੀ ਦੀ ਇਹ ਲੋਕਾਂ ਚ ਚਰਚਾ ਪਾਈ ਜਾ ਰਹੀ ਸੀ ਬਿਲਕੁਲ ਝੰਡੀ ਅਕਾਲੀ ਦੀ ਤੇ ਵੋਟ ਲਾਲੀ ਦੀ ਹਾਂਜੀ ਕੁਝ ਇਦਾਂ ਦਾ ਸਲੋਗਨ ਸੀ ਵੋਟ ਲਾਲੀ ਦੀ ਹੁਣ ਚੱਕਰ ਇਹ ਬੜਿਆ ਵੀ ਮਜੀਠੀਏ ਉੱਤੇ ਉਸ ਟਾਈਮ ਦੇ ਤੁਸੀਂ ਪਿੰਡਾਂ ਚ ਪੁੱਛ ਲਓ ਉਹਨੇ ਕਿਹਾ ਵੀ ਤੁਹਾਡੀਆਂ ਵੋਟਾਂ ਕਿੰਨੀਆਂ ਕਹਿੰਦੇ ਪੰਜ ਆ ਪਰਚੀ ਲੈ ਲਓ ਤੇ ਫਲਾਣੀ ਜਾਂ ਏਜੰਸੀ ਤੋਂ ਮੋਟਰਸਾਈਕਲ ਲੈ ਆਓ ਤੁਹਾਡੀਆਂ ਵੋਟਾਂ ਸੀਗੀਆਂ ਦਸ ਆ ਪਰਚੀ ਲੈ ਤੇ ਫਲਾਣੀ ਕੰਪਨੀ ਜਾ ਕੇ ਜਿਹੜੀ ਆ ਨਾ ਕਾਰ ਲੈ ਲਓ ਮਰੂਤੀ ਆਪਣੀ ਇੱਥੋਂ ਤੱਕ ਜਦੋਂ ਤੁਸੀਂ ਲੋਕਾਂ ਨੂੰ ਜਿਹੜੇ ਅਪੰਗ ਬਣਾ ਦਿਓਗੇ ਤੇ ਫਿਰ ਨੈਚੁਰਲੀ ਫਿਰ ਵੋਟਾਂ ਖਿਪੇਂਦੀਆਂ ਨੀਗੀਆਂ ਫਿਰ ਤੇ ਕਬਜ਼ਾ ਵਾ ਜੀ ਕਬਜ਼ਾ ਕੀਤਾ ਉਹਨਾਂ ਨੇ ਕੋਈ ਸ਼ੱਕ ਵਾਲੀ ਗੱਲ ਨੀ ਦੋਸਤੋ ਤੁਸੀਂ ਇੱਕ ਗੱਲ ਮਜੀਠੀ ਜ਼ਰੂਰ ਹੈਗੀ ਹੈ ਜੀ ਦੋਸਤੋ ਸੁਣਦੇ ਦੇਖਦੇ ਇਹੋ ਜਿਹਾ ਸ਼ਖਸ ਹੈ ਵੀ ਉਹ ਹਰ ਗਰੀਬ ਦੇ ਘਰ ਵੀ ਜਾਂਦਾ ਜੇ ਕੋਈ ਮਰਗ ਹੋਵੇ ਜਾਂ ਖੁਸ਼ੀ ਗਮੀ ਤੇ ਆਪਣੇ ਪਹੁੰਚ ਜਾਂਦਾ ਵੀ ਮੈਂ ਆਇਆ ਜੀ ਦੱਸੋ ਬਿਲਕੁਲ ਜੇ ਕੋਈ ਖੁਸ਼ੀ ਹੈ ਤੇ ਵਧਾਈ ਦੇਣੀ ਹੈ ਤੇ ਗਮੀ ਤੇ ਅਫਸੋਸ ਕਰਨਾ ਨਹੀਂ ਉਹ ਦੁਸ਼ਮਣ ਦੇ ਘਰ ਵੀ ਜਾ ਕੇ ਬਹਿ ਜਾਂਦੇ ਆ ਇਹ ਵੀ ਗੱਲ ਦੁਸ਼ਮਣ ਦੇ ਘਰ ਇਹੋ ਜਿਹੀ ਸਿਫਤ ਹੈ ਗੱਲ ਕਹਿਣੀ ਪਊਗੀ ਸਿਫਤ ਜੀ ਚਲੋ ਬਾਕੀ ਜਦੋਂ ਸੱਤਾ ਦੇ ਵਿੱਚ ਬੰਦਾ ਹੁੰਦਾ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਅਹੰਕਾਰ ਅਤੇ ਫਿਰ ਈਗੋ ਤਾਂ ਆ ਹੀ ਜਾਂਦਾ ਫਿਰ ਕੰਮ ਕਰਾਉਂਦਾ ਤਰੀਕਾ ਆਪੋ ਅਪਣਾਉਂਦਾ ਬਾਦਲ ਸਾਹਿਬ ਹੱਥ ਜੋੜੀ ਜਾਂਦੇ ਕੋਈ ਹੱਥ ਨਹੀਂ ਜੋੜਦੇ ਹੱਥ ਚਾਵਲਾ ਸਾਹਿਬ ਜਦੋਂ ਸਰਕਾਰ ਗਈ ਨਾ ਡੀਜੀਪੀ ਰੋਹਿਤ ਚੌਧਰੀ ਕਿਸੇ ਮਾਮਲੇ ਚ ਇਨਕੁਆਇਰੀ ਵਾਸਤੇ ਉੱਥੇ ਆਏ ਲੋਕ ਇਕੱਠੇ ਹੋਏ ਲੋਕ ਇਕੱਠੇ ਹੋਣ ਤੇ ਮਜੀਠੀਏ ਨੂੰ ਪਤਾ ਵੀ ਤੇ ਸਰਕਾਰ ਚਲੀ ਗਈ ਤੂੰ ਕੀ ਲੈਣਾ ਹੈ ਉੱਥੇ ਲੋਕਾਂ ਨੇ ਰੌਲਾ ਪਾ ਦਿੱਤਾ ਮਜੀਠੀਆ ਮੁਰਦਾਬਾਦ ਦੇ ਨਾਰੇ ਲੱਗੇ ਏਲ ਜੀ ਬੀ ਜੀ ਪੀ ਅੱਗੇ ਬਣ ਕੀ ਡਿਆ ਜਿਹੜੀ ਪੁਲਿਸ ਨੂੰ ਇਹ ਗੰਦੇ ਬੰਦੇ ਲਫ਼ਜ਼ ਬੋਲਦਾ ਸੀ ਉਹ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਲੋਕਾਂ ਤੋਂ ਬਚਾ ਕੇ ਕੱਢਿਆ ਲੋਕਾਂ ਨੇ ਜੁੱਤੀਆਂ ਦੀ ਗੱਡੀ ਤੇ ਮਾਰੀਆਂ ਉਦੋਂ ਮੈਂ ਫੇਸਬੁੱਕ ਤੇ ਲਿਖਿਆ ਸੀਗਾ ਜਦੋਂ ਛਿੱਤਰਾਂ ਦੀ ਹੋਈ ਬਰਸਾਤ ਪਤਾ ਲੱਗਿਆ ਕੁਝ ਜਾਲੀ ਵੀਡੀਓ ਬਣਾ ਕੇ ਵੀ ਪਾਈਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਗਿਆਨੀ ਮਾਨ ਸਿੰਘ ਜਿਹੜੇ ਸੀ ਇੱਕ ਬੜੇ ਸੁਲਝੇ ਵਿਅਕਤੀ ਉਹਨਾਂ ਦੀ ਜਿਹੜੀ ਇੱਕ ਸੀ ਜਦੋਂ ਉਹ ਕਥਾ ਕਰਦੇ ਸੀ ਜਾਂ ਹੁਕਮ ਨਾਲ ਮਿਲਦੇ ਸੀ ਬੜੇ ਸਤਿਕਾਰ ਤੇ ਪਿਆਰ ਨਾਲ ਕਰਦੇ ਸੀ ਤੇ ਕਦੀ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਗਏ ਆਮ ਤੌਰ ਤੇ ਕਥਾ ਵਾਚਕ ਜਿਹੜੇ ਕਹਾਣੀਆਂ ਸੁਣਨ ਲੱਗ ਪੈਂਦੇ ਉਹ ਜੇ ਕਹਾਣੀ ਸੁਣਾਉਣੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਚ ਬਾਣੀ ਦੀ ਕਹਾਣੀ ਸੁਣਾਉਣੀ ਉਹਨਾਂ ਦੇ ਲੋਕ ਬੜੇ ਸੁਣਦੇ ਸੀ ਉਹਨਾਂ ਨੂੰ ਲੇਕਿਨ ਕੱਲ ਜਿਹੜਾ ਅਚਾਨਕ ਉਹਨਾਂ ਅਸਤੀਫਾ ਦਿੱਤਾ ਵਾ ਕਿਉਂਕਿ ਉਹ ਇਸ ਲਾਈਨ ਦੇ ਵਿੱਚ ਸੀ ਅਗਲੇ ਦਿਨਾਂ ਚ ਹੈੱਡ ਗ੍ਰੰਥੀ ਨਿਯੁਕਤੀ ਕੀਤੀ ਜਾਣੀ ਸੀ ਤੇ ਉਹ ਪਹਿਲੇ ਨੰਬਰ ਤੇ ਖੜੇ ਸੀ
इस करके कल एकदम कल उन्होंने वालों जी अस्तीफा दिता जाना जरा वो कई प्रकार के शंके प्रगट करता। बीबी जगीर कौर किसी ने पूछो कहती मैं बारे कोई टिप्पणी नहीं कर सकती, उन्होंने लिखा मेरी सेहत खराब, लेकिन दाल च काला जरूर कुछ है जी, वो सच्चा या झूठा वो सामने आना चाहिए। वैसे तो दरबार साहब के जेडे पहली गल नहीं बनी, तू पता पहला एक हैड ग्रंथी सी उन्होंने भी चर्चा बड़ी हुई सी, उस टाइम के उत्ते इन्होंने उन्होंने कुछ नहीं सी कहा, लेकिन दो चार महीने बाद होर भी इल्जाम ला के घर को तोड़ता सी, यानी मोहन सदे कन्ने संगीन इल्जाम लगते रहे कि उन्होंने एक व्यक्ति को गाल खड़ती सी उत्ते ग्रह रथा पाठ करते। फिर एक मैं तुम पता है आप पिछले जी गल भी करते रहे कि एक जहेदर गुरचरण सिंह तौड़ा तो बाद जो सब तो वह समय प्रधान रहा वा, एक बार बंबे दिल्ली दिल्ली तो बंबे गया, तीन टिकटा सी बंदे दो सी, ते उदो मान साहब ने बयान दिता सी कि यह प्रधान साहब नूं दसे भी तीजा बंदा कौन सी नाल, तो प्रधान साहब फटाफट मान साहब के घर गए सी, महाराज मेरी बेइज्जती ना करो कोई गल नहीं जिहड़ी गलती होई होई मान साहब चुप करके सी। इस करके ये जी उन्होंने अस्तीफा होया वो एक वीडियो बारे गल की जा रही है, वो वीडियो की आ अश्लील वीडियो है की है की नहीं ये बारे सामने नहीं आए कि एक वीडियो पाई गई है, वो लड़ाई है उसे टकसालिया ते मिशनरी लड़ाई है, टकसाली नहीं चाहते कोई मिशनरी इतने जरा हडग्रंथी लगे ज्ञानी मो मान सिंह जेडे मिशनरी ने डेरिया ने पड़े ने तख श्री दमदमा साहब भी रहे ने उतो इतने आए थे, इस करके उन्होंने उत्ते जो इल्जाम लाए जे जो ज्ञानी उरी आप स्पष्ट कर उन्होंने फोन कॉल का बंद पिया वा या वह स्पष्ट कर जे कोई गलती हुई तो उसकी माफी जनतक तौर पर मान ली चंगी गल, जे नहीं हुई तो स्पष्ट कर कि यह जो अफवाह उड़ रही है क्यों उड़ रही है वह चुप करके बैठे थे अपने घर बीबी जी को दसने तैयार नहीं कुछ हैगी, इस करके गड़बड़ कितने हैगी है कुछ ना कुछ कहानी जरूर हैगी है कितने कितने। त्रासदी सिख कौम की यह रही है कि असी 1430 पावन पवित्र पन्निया जेकर पढ़ते हैं तो वह भी गुरु नूं सुखनाउण वास्ते पढ़ते हैं, उन्हें गुरु नूं सुनाउण वास्ते ही पढ़ रहे, पढ़न वास्ते भी पाड़े रखे ने। दिल्ली गुरद्वारा प्रबंधक कमेटी जदों सरनिया दे मतलब देख रेख चलती सी उत्थे गुरु ग्रंथ साहिब जी दे पावन पवित्र स्वरूप दे जिहड़ी ने उहदे अंगां दी व्याख्या की जाती सी, ते उत्थे भी बाहर नहीं सी जाया जांदा दायरे तों जी जी जी। जिदन सर ने साइड ते सी उधर रात एक टाक शो कीता सी मैं कि हुण पहला स्टैप की होगा, तो जिहड़े लोग देशों विदेशों दे विच उह कथा सुणदे सी नबज नूं पछाणदे सी सारे ने कहा सी कि हुण कथा बंद होगी जी जी, उह कथा उदन दी बंद हुई है, तो फिर उत्थे उही जो तुसी कह रहे हो ना कि दायरे तो बाहर जाके जिहड़ियां परियां दियां कहानियां जां नीले वालियां कहानियां जां दूजियां तीजियां कहानियां वो आरंभ दित्तियां गईयां। ये त्रासदी है कि जदों सानू कोई इहो जिहा बंदा मिलदा जां तां असीं उहनू कीड़े पा दिंदे आ जां उहदा कोई माड़ा मोटा इहो जिहा कोई पक्ष हुंदा उह ज़्यादा उजागर करके ते उत्थे उहनू साइड ते कर दित्ता जांदा है, ते गुरु ग्रंथ साहिब जी फिर शांत ने ते शांत ही रहना उहनां ने, क्योंकि उत्थों ज्ञान लैणा पढ़ना पढ़ के किसी नूं सुनाउण वास्ते नहीं, उह पढ़ के अपने हिरदे च वसाउण वास्ते आ, ते जदों तुसीं उहनूं हिरदे च वसा लिया फिर इन्हां चीज़ां तों उपर उठ जाओगे, क्योंकि उत्थे ते व्याख्या सिर्फ ते सिर्फ गुरु ग्रंथ साहिब जी दी होनी चाहीदी, बाकी जो साडा धार्मिक लिटरेचर है जिन्हें पढ़ना पढ़ी जाए जिन्हें उच्चों ज्ञान लैणा लई जाए, पर जे गुरु गोबिंद सिंह कलगीधर पिता नूं जिन्हें भी जथेबंदियां चाहे टकसाली है चाहे मिशनरी है बापू मानते हैं, तो जे अपने बापू का कहना नहीं मानते तो फिर बापू की अवज्ञा करे, क्योंकि आ गया भई अकाल की तबे चलायो पंथ सब सिखण को हुक्म है गुरु मान्यो ग्रंथ, असीं सवेरे शाम दुख वेले सुख वेले हर घड़ी च अरदास दे विच उहदा नां लैंदे हां, सिखां दा मन नीवा मत उच्ची, ना मन नीवा ते ना मत उच्ची वाली गल कदे कीती रे करदा कोई, असीं उहनूं इदां जलील कर दिंदे। फिर उही गल आ जांदी ना भी चोर चक्का चौधरी, बाकी तुसीं समझदे हो बाकी समझदे बिल्कुल। अनिल जोशी काफी गर्म होए पए ने, हां जी चलो जी जी जी। फिर भी बार्डर एरिया गुरुआं दी धरती दा पानी आ तरन तारण दा श्री तरन तारण साहिब भाजपा आगू अनिल जोशी केंद्रीय हाईकमांड नूं किसानां अनिल जोशी 1986 च आरएस दा पल्ला फड़िया जी 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 जी
13 जुलाई 1991 नूं इन्हां दे पिता जी दी जिहड़ी सी हत्या कर दित्ती गई। उस तों बाद फिर यह अमृतसर आ गया। आगे इन्हां ने अपना बिजनेस शुरू किया तरन तारण, इन्हां दा कपड़े का व्यापार सी, मिट्टी दे कपड़े दा सी। करद्या करद्या यह सिद्धू साहब के कंटैक्ट च आ गए, तो सिद्धू साहब ने फिर सीधा ऐलान जिहड़ा सी एम एल ए दी टिकट दवाती ते ए एम एल ए बन। दूजी वारी फिर जित के ते ए मंत्री बन गए। हुण इन्हां नूं वी घरों बाहर निकल नहीं दिता जांदा, ना किसी समाजिक ते ना किसी प्राइवेट ते ना किसी राजसी समागम ते नहीं जा सकते। अंदरों दुखी ने केंद्रीय हाई कमांड नूं पहला ते इन्हां मीटिंग दे विच दो वारी कही आ भाई किसानां दा कोई मसला हल करो, असी वी जिंदगी जीवनी है अपनी, असी किसानां नाल नहीं लड़ सकते, ना सरकारां लड़ सकदियां वा। जे किसान नहीं ते देश नहीं, जे किसान नहीं ते अनाज नहीं। दो वारी मीटिंग कह के आए ते अज उन्होंने फिर दबका निकल मारती भी विदन टू वीक्स दो हफ्तों का समा असी देने केंद्रीय हाई कमांड नूं, किसानों का मसला हल किया जाए, जे किसानों का मसला मसला अंदर मदद नहीं करते फिर जी अपने लैवल से कार्रवाई करेंगे नहीं करेंगे। उन्होंने फिर पूछा गया जी ताजा अकाली दल जाने का, फिर उन्होंने बिल्कुल नकार दिया कोई कितने जा रहा, मैं बीजेपी चलूंगा, बीजेपी विच रह के जंग लड़ूंगा। हुण दो हफ्ते बाद वो की एक्शन लेंदे आ, किवें चलदे आ, की नहीं करदे तो समा दसेगा। लेकिन अज फिर हाई कमांड नूं आ रिहा सी लैणा, मैं सोचदा भी हरजीत करेवाल तो कितने बहादुर निकलिया जवान जिन्हें घट्टो घट अपने अंदर की आवाज से गल की। हाली के जिहड़ी टोहाणा दे विच उत्थे रैलियां हुई आ वा जिहड़ी उत्थे इन्हां दे बीजेपी वाले कुछ लोगों ने कहा भी भाई सानू तुसीं घरों निकलना दिओ घट्टो घट्ट। उत्थे किसानां ने कहता भी जे ये समाजिक जां राजसी समागम चाहुंदे ना विरोध करो, कि प्राइवेट फंक्शन ते बिल्कुल विरोध ना करो। इहदा किन्नी कु राहत दे दित्ती गई जी जी जी। ते पट्टी साहब जे गरेवाल मगर लग जे, बराड़ मगर लग जे, रंधावा लग जे, संधू लग जे, जोशी लगा शर्मा लगा करो मेरा कहने तो पावे नी एक व्यंगात्मक भाई तू किसान है, तू किसान नब्ज नहीं पछाणी, बिलकुल बिलकुल नहीं। गरेवाल हुण गलत गरेवाल लग गया मगर तो बहादुर हो गया। वेखो जोशी ने अपने हल्के दे लोकां लई किसानां वास्ते इहदे नाल दे होर भी बोलदे पए ने। बिल्कुल बिल्कुल। इहदे मास्टर मास्टर मोहन लाल की बोलिया, मास्टर मोहन लाल वही बोले ने, मास्टर मोहन लाल बोले जिहड़े तुहाडे हैगे ने कोर ना ना भुल गया, मैनूं वी दो तीन बोले ने बंदे, दो वी बोले ने जी मास्टर मोहन लाल भी। मतलब ये मेरा कहने तो भाव यह सी नी कि भी जे बहादुर सिंह ना रख दिता तो बहादुर बन गया है ना, जे उधम सिंह ना रख दिता तो उधमी बड़ा बन गया, वह करना पैना उधम जे बोलते हैं। जिथे आप क्रिटिसाइज करते हैं जिथे चंगा बोलते हैं तो बोलना चाहिए। चार पांच सौ किसानों का 400-500 साथी चले गया, अजे पता नहीं की कुछ होना उत्थे है ना जी 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 500 पर चले गए। हुण जिहड़े लंगर दिखाए जा रहे थे ना वड्डे वड्डे पहला जाके, हुण वेखो उत्थे हालात की है। बदाम छकन वास्ते तो 100 कार लोग ट्रालियां भर भर के चल गए, चल रौनक मेला वेख के हुण वा असली युद्ध तो हुण चलता पिया उत्थे संघर्ष चलता पाया। आ वा संघर्षी लोग ते कीड़े पाउण वाले देशां विदेशां दे विच बथेरे बैठे ने। मेरा कहण तो भाव यह सी भी एक बराड़ अंदर भी सी एक बराड़ बाहर भी सी गया, यह भी देखने वाली गल होगी। जो उन्होंने कहा सी भी बराड़ आ, फिर हैरान हो गया सी, अच्छा मम्मी मेरे नाल भी मेरी कुल दे नाल भी बराड़ लगता। सो मेरी तर्क कहण तो भाव यह सीगा कि जे ना उस तरह शेर सिंह ना रख लिए तो शेर वेख के तो उदा ही पजामा गिला हो जाए तो गलत फिर बनती नहीं ना। बहुत बहुत धन्यवाद तुहाडा, शुक्रिया, मेहरबानी, शाम नूं मिलदे आं, सत श्री अकाल। तुसी सुन रहे हो चावला न्यूज़ नेटवर्क टोरंटो, CNN टोरंटो।